नमस्कार, आज के समाचारों में आपका स्वागत करती हूँ। पेश है आज के मुख्य समाचार। लुटेरों की ओर से बड़े शातिर तरीके से एटीएम की लूट को दिया गया अंजाम। तरनतारन में एक नौजवान व्यक्ति की गोली लगने से हुई मौत और एक गंभीर रूप से घायल। जम्मू कश्मीर की सीमा के साथ लगता पंजाब का एक गांव मूलभूत सुविधाओं से वंचित। अब खबरें विस्तार से। बीआरटीएस के तहत मॉल रोड पर रूट के तहत बसें चलेंगी, जिसमें सेलिब्रेशन मॉल से लेकर किचलू चौक तक लंबी फोर लाइन सड़क तैयार होगी। इसके अलावा मौजूद फुटपाथ 8 फीट से बढ़कर 18 फीट चौड़ा हो जाएगा, जो कि फुटपाथ कम पार्किंग एरिया होगा। ये जानकारी लोकल बॉडी मिनिस्टर अनिल जोशी ने कारोबारिक एसोसिएशन के नुमाइंदों को दी। इस अवसर पर कमल डालमिया, मानव तनेजा, प्रदीप सेठ, अमित सेठ, पप्पू महाजन और जतेंद्र सिंह नरूला आदि उपस्थित थे। ਸਮਾਲ ਰੋਡ ਦੇ ਉੱਤੇ 92 ਜਾਣਾ, ਇੱਧਰੋਂ ਜਾਣੀ ਹੈ, ਵਾਪਸ ਨਹੀਂ ਆਉਣੀ। ਇਸ ਕਰਕੇ ਇੱਕ ਸਾਈਡ ਦੇ ਉੱਤੇ, ਇੱਧਰ ਖੱਬੀ ਸਾਈਡ ਦੇ ਉੱਤੇ ਜਿਹੜੀ ਹੈ ਉਹ ਗ੍ਰਿਲ ਲੱਗ ਕੇ ਅਤੇ BRTS ਦਾ ਵੇ ਬਣਨਾ ਸੀ। ਅਤੇ ਸਾਰੇ ਜਿਹੜੇ ਇੱਥੇ ਸ਼ੋਪਸ ਵਾਲੇ ਆ, ਸ਼ੋਰੂਮਸ ਜਿਨ੍ਹਾਂ ਦੇ ਆ, ਉਹ ਸਾਰੇ ਵਰਿਡ ਸੀ ਕਿ ਸਾਡੀ ਪਾਰਕਿੰਗ ਜਿਹੜੀ ਉਹ ਖਤਮ ਹੋ ਜਾਣੀ ਹੈ। ਅਤੇ ਉਹਦੇ ਕੁਦਰਤੀ ਤੌਰ ਦੇ ਉੱਤੇ ਵਪਾਰ ਖਤਮ ਹੁੰਦਾ ਅਤੇ ਉਹਦੀ ਡਿਵੈਲਪਮੈਂਟ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਕਰਕੇ ਇਹ ਜਿਹੜਾ ਫੁੱਟਪਾਥ ਬਣਨਾ 8 ਫੁੱਟ, ਉਹਦੇ 'ਚ ਇਹਨਾਂ ਨੂੰ ਇਹੀ ਕਿਹਾ ਵਾ ਡਿਪਾਰਟਮੈਂਟ ਨੂੰ ਕਿ ਜਿਹੜਾ 8 ਫੁੱਟ ਫੁੱਟਪਾਥ ਬਣਨਾ ਉਹਨੂੰ ਵੀ ਗਰਾਊਂਡ ਲੈਵਲ ਦੇ ਉੱਤੇ ਟਾਈਲ ਲਾ ਕੇ ਉਹ ਵੀ ਐਜ਼ ਏ ਪਾਰਕਿੰਗ ਯੂਜ਼ ਹੋ ਜਾਏ ਕਿ ਗੱਡੀ ਥੋੜ੍ਹੀ ਅੱਗੇ ਚਲੇ ਜੇ ਅਤੇ ਉਹਦੇ ਨਾਲ ਇਹ ਸਾਰਾ ਮਸਲਾ ਹੱਲ ਹੋ ਜਾਂਦਾ। ਨਹੀਂ ਤਾਂ ਇੱਥੇ ਜਿਹੜਾ ਪਾਰਕਿੰਗ ਦਾ ਜਿਹੜਾ ਵਾ ਇਹ 3 ਮੀਟਰ ਤਕਰੀਬਨ ਜਿਹੜਾ ਵਾ ਉਹ ਛੱਡਿਆ ਗਿਆ ਸੀ। 3 ਮੀਟਰ ਦਾ ਮਤਲਬ 9-10 ਫੁੱਟ ਅਤੇ ਹੁਣ 8 ਫੁੱਟ 18 ਫੁੱਟ ਜਿਹੜਾ ਪਾਰਕਿੰਗ ਦਾ ਏਰੀਆ ਹੀ ਹੋ ਜੂਗਾ। ਇਸ ਕਰਕੇ ਇਹ ਹੈ ਕਿ ਇਹਨਾਂ ਦੀ ਸਮੱਸਿਆ ਜਿਹੜੀ ਸੀ ਉਹਨਾਂ ਦੀ ਤੁਹਾਡੇ ਸਾਹਮਣੇ ਹੱਲ ਹੋ ਗਈ ਹੈ, ਸੰਤੁਸ਼ਟੀ ਹੈ ਇਸ ਗੱਲ ਦੀ। ਪ੍ਰੋਜੈਕਟ ਵੀ ਚੱਲੂਗਾ, ਲੋਕਾਂ ਦੀ ਸਮੱਸਿਆ ਵੀ ਨਹੀਂ ਹੋਊਗੀ। ਇਹ ਵਿਚਲਾ ਰਸਤਾ ਜਿਹੜਾ ਉਹ ਕੱਢਿਆ, ਬਾਕੀ ਬਹੁਤ ਖੂਬਸੂਰਤੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਮਾਲ ਰੋਡ ਦੀ ਦੱਸਣ ਵਾਲੀ ਹੈ। ਤੁਸੀਂ BRTS ਦਾ ਨਵੰਬਰ 2016 ਦੇ ਵਿੱਚ ਜਿਹੜਾ ਇਹ ਕੰਪਲੀਟ, 2015 ਤੱਕ ਆਪਣਾ 2015 ਤੱਕ ਮਤਲਬ ਜਿਹੜਾ ਵਾ ਮੇਨ ਸੜਕਾਂ ਜਿਹੜੀਆਂ ਹੋ ਜਾਣਗੀਆਂ, ਕਿਉਂਕਿ ਫਲਾਈ ਓਵਰ ਆ ਔਰ ਜਿਹੜਾ ਉਹਦੇ 'ਚ ਕੁਛ ਅੜਚਣ ਆਈ ਹੈ ਜਿਹੜਾ ਆਪਣਾ ਭੰਡਾਰੀ ਰੇਲਵੇ ਦੇ ਇਸ਼ੂ ਦੇ ਕੋਲੇ। ਇਸ ਕਰਕੇ ਨਹੀਂ ਆਫੀਸਰ ਜਿਹੜੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਜਾਣਕਾਰੀ ਹੈ ਜਿਹੜੀ ਹੈ ਨਾ ਉਹ ਜ਼ਿਆਦਾ ਹੁੰਦੀ ਆ, ਅਤੇ ਉਹਦੇ ਨਾਲ ਇਹ ਆ ਕਿ ਜਿਹੜਾ ਥੋੜ੍ਹਾ ਬਹੁਤਾ ਟਾਈਮ ਵੱਧ ਜਿਹੜਾ ਵਾ ਉਹ ਆਪਾਂ ਦੱਸਦੇ ਹਾਂ। ਵੈਸੇ ਨਵੰਬਰ 2015 ਤੱਕ ਮੇਨ ਇਹੋ ਜਿਹੀਆਂ ਸੜਕਾਂ ਜਿਹੜੀਆਂ ਸਾਰੀਆਂ ਕੰਪਲੀਟ ਹੋ ਜਾਣਗੀਆਂ ਅਤੇ ਕੰਮ ਇਹ ਚੱਲ ਜਾਊਗਾ। 31 ਕਿਲੋਮੀਟਰ ਜਿਹੜਾ ਏਰੀਆ ਵਾ ਉਹਦੇ 'ਚ ਇਹ BRTS ਦਾ ਜਿਹੜਾ ਪ੍ਰੋਜੈਕਟ ਚੱਲਣਾ ਵਾ। ਬੱਸਾਂ ਚੱਲਣੀਆਂ ਜਿਹੜੀਆਂ ਉਹਦੇ 'ਚ ਐਲੀਵੇਟਡ ਰੋਡਾਂ ਵੀ ਹੈਗੀਆਂ, ਜਿਸ ਤਰ੍ਹਾਂ ਬਟਾਲਾ ਰੋਡ ਹੈ ਐਲੀਵੇਟਡ ਆ, ਮੇਨ GT ਰੋਡ ਜਿਹੜੀ ਹੈ ਜਲੰਧਰ ਵਾਲੀ ਉਹਦੇ 'ਤੇ ਐਲੀਵੇਟਡ ਵਿੱਚ ਬਣਨੀ ਹੈ। ਅਤੇ ਇਹ ਸਾਰਾ ਜਿਹੜਾ ਵਾ ਇਹ ਪ੍ਰੋਜੈਕਟ ਹੈ, ਤਕਰੀਬਨ 600 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਜ਼ਿਲ੍ਹਾ ਗੁਰਦਾਸਪੁਰ ਕੇ ਗਾਂਵ ਅਮਨੰਗਲ ਮੇਂ ਬੀਤੀ ਰਾਤ ਕੋ ਇੱਕ ATM को गैस कटर से काट कर लुटेरे 6,62,000 रुपए लेकर फरार हो गए। लुटेरे इतने शातिर थे कि उनकी तरफ से ATM में लगे CCTV कैमरे को पहले स्प्रे पेंट से रंग दिया गया और फिर लूट की वारदात को अंजाम दिया गया। पुलिस की तरफ से केस दर्ज कर कानूनी कार्रवाई शुरू कर दी गई है। ਇਹ ਥਾਣਾ ਰੰਗੜ ਨੰਗਲ ਦੇ ਵਿੱਚ ਅਮਨੰਗਲ ਅੱਡਾ ਪੈਂਦਾ। ਇਹਦੇ ਵਿੱਚ ਪੰਜਾਬ ਗ੍ਰਾਮੀਣ ਬੈਂਕ ਦਾ ਸਵੇਰੇ ਮੈਨੇਜਰ ਨੇ ਇਨਫੋਰਮ ਕੀਤਾ ਥਾਣੇ ਕਿ ਉਹਨਾਂ ਦਾ ਜਿਹੜਾ ATM ਹੈ ਉਹ ਪੁੱਟਿਆ ਗਿਆ। ਅਗਰ ਮੌਕਾ ਦੇਖਿਆ ਸਾਰਾ, ਮੈਂ ਮੌਕੇ 'ਤੇ ਹੀ ਹਾਂ।
वह गैस कटर नाल कट के पहले उन्होंने शटर दे लॉक तोड़े अंदर एंटर करके फिर गैस कटर ना सारी जी मोहर फ्रंट मशीन का कट के काफ़ी मोटी प्लेट है तो वह बिचों सारा ही कट के लै गया मतलब टोटल अमाउंट 6,62,500 रुपया है क्योंकि जो ATM के अंदर कैमरे है वो तो स्परे कर दी है पूरा अंदर एंटर कर दिया थोड़ी फुटेज है बाकी जारी है स्परे करके वो डेड हो जाता तो बाहर ATM के बाहर कोई भी इन्होंने CCTV कैमरा नहीं बार बार मीटिंग कहने कि बाहर भी कैमरा हो सू काफ़ी वो हेल्प मिल जाती है गड्डी कि गड्डी है किन्ने बंदे सी की उन्होंने होली है चलो असी नाकाबंदी करा दी है तो और अपनी जी तफ्तीश स्टार्ट करती पत्र रजिस्टर कर दिता तो आस है जी छेती उन्होंने घटना तो घटना वापरी जा रही है तो क्यों नहीं बेनकाम हो रहे तेरे का कारण की है और आई थिंक उन्होंने आप से रात को कोई मोबाइल फोन यूज नहीं करते साड़ी जी कोई भी टकनीक हजे असी उ कोशिश पहुँच रहे हैं क्योंकि साढ़े कोई भी अटैम्प्ट हुई थी असी मैच करके क्योंकि फोटो सेम वो मौकी कैप ली है जो हो जाए सू ट्रेस करना सौखा तरन तारण में दुकानदार यूनियन के प्रधान स्वरण सिंह ने एक नौजवान लड़के को गोलियां मारकर मौत के घाट उतारा और एक को गंभीर रूप से घायल कर दिया। घटना को अंजाम देने के बाद स्वरण सिंह मौके पर फरार हो गया। जब पुलिस को घटना के बारे में जानकारी मिली तो वह तुरंत मौके पर पहुंची और लाश को कब्जे में ले लिया गया। दूसरी तरफ घायल लड़के को अस्पताल में भेज दिया गया। इस मामले की कार्रवाई शुरू कर दी गई है। रोड ते ही खलोते हैं मैं बरिंदर सिंह खहरा वा उन्हू काला अं नाल अमनदीप खलोता नाल प्रोफेसर साहब खलोते चार पांच जने खलोते उदा ही इन्हें स्वर्ण सिंह दे एक नाल रविकांत काका उन्हू आंदे चाल ये दोवें जने आए आ इन्होंने साड़ी कोई गल नहीं कोई बात नहीं हुई ये जिहड़ा स्वर्ण सिंह कंडा वो काले भाणू धक्के मारदा पिया अं इन्हों ढा के घर वाड़ के आए हैं तो घर वाड़ के आउंदे बाहर इन्होंने सीधिया गोलियां चलाउणियां शुरू करतिया अमनदीप दे गोली वज गई आ एक मुंडा हो रहा वो गोली वजी है उन्होंने अं हस्पताल दाखिल कराए अमनदीप अं लैन दा इतने ते सामने जो जो होया वा वाकया दोषी कार्रवाई होनी चाहिए वध तो वध उहदे तो ये स्वर्ण सिंह दे कोल वैपन हैगा सी इन्हें लिया घरों वैपन के जिहड़ियां सीधिया गोलियां मारती हैं तो एक गोली जिहड़ी हैगी इहदे लग गई अपने अमनदीप दे छाती दे विच छाती टिकाने लगन करके जिहड़ी हैगी मौत हो गई तो दूजी एक गोली होर जिहड़ी हैगी उह लागे उह वकील सी उत्थों दी कुदरती लंघ रहा तो एक गोली जिहड़ी हैगी भी उहदे लगी है तो वह फटड़ा हस्पताल जेरे इलाज है तो मुकदमा नंबर 76 जिहड़ा हैगा अंडर सैक्शन 302-307 IPC दर्ज कर दिता तो स्वर्ण सिंह के लड़के सोनू तो एक लागे होर नाल काका चाह वाला हैगा उहदे बारे मदईधर ने जिहड़ा हैगा नाम लिया इन्हां दे खिलाफ मुकदमा दर्ज करके तो दोषियों की भाल जिहड़ी की जा रही है सारे जिहड़े हैगे आ जे फिलहाल अपने मकानां नूं ताले ला के ते भज गए आ पर इन्हां छेती जिहड़ा हैगा गिरफ्तार कर लिया जाए। आज अमृतसर में पंजाब पेंशनर्स एसोसिएशन द्वारा पंजाब सरकार के खिलाफ अपनी मांगों को लेकर दूसरे दिन रोष प्रदर्शन शुरू किया गया जिसमें पेंशनर एसोसिएशन के प्रधान दर्शन सिंह शीना ने बताया कि पंजाब सरकार ने अगर हमारी मांगों को जल्द पूरा ना किया तो कड़ा संघर्ष किया जाएगा। इस मौके पर अलग अलग जिलों से सभी पेंशनर्स उपस्थित थे। इस मौके पर सरपरस्त जसवंत सिंह बत्तर चेयरमैन गुरमीत सिंह माहल जनरल सकत्तर सत्यपाल गुप्ता और वीच सकत्तर महेंद्र सिंह जजोटी आदि उपस्थित थे और साथ ही इन मांगों के चलते ADC सरदार भूपिंदर सिंह को अपना ज्ञापन पत्र भी सौंपा गया। प्रधान पंजाब पेंशन यूनियन आज असी अमृतसर विखे अमृतसर दे साथियां ਅਤੇ ਬੋਰਡ ਕਾਰਪੋਰੇਸ਼ਨ ਦੇ ਪੈਨਸ਼ਨਰ ਪੰਜਾਬ ਸਰਕਾਰ ਦੀ ਪੈਨਸ਼ਨ ਵਿਰੋਧੀ ਨੀਤੀ ਦੇ ਖਿਲਾਫ ਵਿਸ਼ਾਲ ਧਰਨਾ ਦੇ ਰਹੇ ਹਾਂ। ਪੰਜਾਬ ਸਰਕਾਰ ਨੇ ਸਾਡੇ ਪੈਨਸ਼ਨਰਾਂ ਦੇ ਜੋ ਸਾਡੇ ਮਸਲੇ ਨੇ ਉਹਦੇ ਵੱਲ ਬਿਲਕੁਲ ਧਿਆਨ ਆ ਜਿਹੜਾ ਉਹ ਸਰਕਾਰ ਨਹੀਂ ਦੇ ਰਹੀ। ਇੱਥੋਂ ਤੱਕ ਇਹ ਕੋਈ ਡਿਮਾਂਡ ਨਹੀਂ ਹੈ
कि पंजाब सरकार ने जो पेंशनर ने उन्होंने महंगाई भत्ते की किश्त है जी ये असूली तौर पर जिमें जिमें महंगाई भत्ता किश्त केंद्र में दिता जाता उस ढंग ना पंजाब सरकार ने भी अपने मुलाजमान ते पेंशनरां नू ये जिहड़ा इहदी पेमेंट आ ये करनी हुंदी आ पर पंजाब सरकार एड्डी बेशर्म आ इन्हां ने साडी जनवरी दी ते पिछले साल दी जुलाई दी जिहड़ी किश्त आ उह भी साडी साथों नहीं दित्ती ते इह नाल साडी जोरदार मंग आ भी साडे जिहड़े मैडिकल बिल ने पेंशनर दे ਉਹ ਖਜ਼ਾਨਿਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਡਾਇਰੈਕਟੋਰੇਟਾਂ ਦੇ ਵਿੱਚ ਰੁੜਦੇ ਰਹਿੰਦੇ ਨੇ ਸਰਕਾਰ ਨੇ ਜਿਸ ਵੀ ਕੀਤੀ ਆ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਕੈਸ਼ਲੈਸ ਪੈਨਸ਼ਨ ਸਕੀਮ ਆ ਜਿਹੜੀ ਉਹ ਦਿੱਤੀ ਜਾਏਗੀ ਉਹਦੇ ਨਾਲ ਅਸੀਂ ਹਸਪੀਟਲ ਜਾਵਾਂਗੇ ਕੋਈ ਅਦਾਇਗੀ ਨਹੀਂ ਸਾਨੂੰ ਕਰਨੀ ਪਏਗੀ ਅਤੇ ਉਹਦੀਆਂ ਜਿਹੜੀਆਂ ਪੇਮੈਂਟਾਂ ਨੇ ਸਰਕਾਰ ਖੁਦ ਬਖੁਦ ਕਰ ਦੇਗੀ ਉਹ ਪੈਨਸ਼ਨ ਕੈਸ਼ਲੈਸ ਪੈਨਸ਼ਨ ਕੈਸ਼ਲੈਸ ਮੈਡੀਕਲ ਸਕੀਮ ਨੂੰ ਸਰਕਾਰ ਨੇ ਮੰਨ ਕੇ ਫਿਰ ਵੀ ਆਪਣੇ ਮਤਲਬ ਉਹਨੂੰ ਖੱਟੇ ਬੱਟੇ ਪਾਇਆ ਹੋਇਆ ਸਾਡੀ ਜ਼ੋਰਦਾਰ ਮੰਗ ਆ ਵੀ ਜੋ ਸਾਡੀ ਮੰਗ ਮੰਨੀ ਹੋਈ ਆ ਉਹਨੂੰ ਸਰਕਾਰ ਲਾਗੂ ਕਰੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਾ ਦਿੱਤਾ ਅਸੀਂ ਡਿਵੀਜ਼ਨ ਪੱਧਰ 'ਤੇ ਜਿਹੜਾ ਅਗਲਾ ਸਾਡਾ ਪ੍ਰੋਗਰਾਮ ਆ ਉਹ ਧਰਨੇ ਦੇਵਾਂਗੇ ਅਤੇ ਚੋਣਾਂ ਦੇ ਵਿੱਚ ਸਰਕਾਰ ਨੂੰ ਅਸੀਂ ਘੇਰਾਂਗੇ ਬਜਟ ਸੈਸ਼ਨ ਦੇ 17 ਤਰੀਕ ਨੂੰ ਅਸੀਂ ਬਹੁਤ ਵੱਡੀ ਜਿਹੜੀ ਰੈਲੀ ਆ ਉਹ ਚੰਡੀਗੜ੍ਹ ਕਰ ਰਹੇ ਹਾਂ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਵੀ ਸਰਕਾਰ ਸਾਡੀਆਂ ਮੰਗਾਂ 'ਤੇ ਧਿਆਨ ਦੇਵੇ ਉਹ ਜੋ ਸਰਕਾਰ ਦੇ ਮਤਲਬ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ ਵੀ ਮੇਕ ਇੰਡੀਆ ਉਹ ਫਲਾਨਾ ਇੰਡੀਆ ਸੈਨਿਕ ਇੰਡੀਆ ਇਹ ਸਾਰਾ ਕੁਛ ਆ ਜਿਹੜਾ ਇਹ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਅਸੀਂ ਜੋ ਸਾਡਾ ਸੰਘਰਸ਼ ਹੈ ਪੈਨਸ਼ਨਰ ਦਾ ਅਸੀਂ ਇਹਨੂੰ ਜਾਰੀ ਰੱਖਾਂਗੇ ਜੇ ਸਾਡੀਆਂ ਸਰਕਾਰ ਦੀਆਂ ਮੰਗਾਂ ਸਾਡੀਆਂ ਨਹੀਂ ਮੰਨ ਲੈਂਦੀ ਅਤੇ ਅਗਲੇ ਜਿਹੜੇ ਪ੍ਰੋਗਰਾਮ ਆ ਉਹ ਲਗਾਤਾਰ ਸਾਡੇ ਸਰਕਾਰ ਨੂੰ ਘੇਰੋਗੇ ਚੋਣਾਂ ਦਾ ਬਾਈਕਾਟ ਕਰੋਗੇ ਚੋਣਾਂ ਦਾ ਬਾਈਕਾਟ ਨਹੀਂ ਕਰਾਂਗੇ ਆਪਣਾ ਜੋ ਵੋਟ ਦਾ ਇਸਤੇਮਾਲ ਆ ਜੇ ਸਰਕਾਰ ਲਾਈਨ 'ਤੇ ਨਹੀਂ ਆਊਗੀ ਅਸੀਂ ਸੋਚਾਂਗੇ ਉਹ ਇਸਤੇਮਾਲ ਨੂੰ ਅਸੀਂ ਕਿਵੇਂ ਕਰਨਾ ਇਹਨਾਂ ਦੇ ਹੱਕ 'ਚ ਕਰਨਾ ਜਾਂ ਕਿਸੇ ਹੋਰ ਦੇ ਹੱਕ ਦੇ ਵਿੱਚ ਕਰਨਾ ਇਹ ਅਸੀਂ ਫੈਸਲਾ ਜਿਹੜਾ ਚੋਣਾਂ ਦੇ ਮੌਕੇ 'ਤੇ ਕਰਾਂਗੇ ਥੈਂਕ ਯੂ ਜੀ ਧੰਨਵਾਦ ਮੇਰਾ ਨਾਂ ਸਤਪਾਲ ਗੁਪਤਾ ਜਨਰਲ ਸਕੱਤਰ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਅੱਜ ਜਿਹੜਾ ਰੋਸ ਧਰਨਾ ਦੇ ਰਹੇ ਹਾਂ ਉਹ ਡੀ ਸੀ ਸਾਹਿਬ ਨੂੰ ਆਪਾਂ ਅਸੀਂ ਇਸ ਰੋਸ ਧਰਨੇ ਦਾ ਮੰਗ ਪੱਤਰ ਦੇਵਾਂਗੇ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਔਰ ਇਹਨਾਂ ਮੰਗਾਂ 'ਤੇ ਜੇ ਨਾ ਡੀ ਸੀ ਸਾਹਿਬ ਨੇ ਕੋਈ ਉੱਪਰ ਜਿਹੜਾ ਡੀ ਸੀ ਸਾਹਿਬ ਨੇ ਉਹ ਇਹਨੂੰ ਮੰਗ ਪੱਤਰ ਨੂੰ ਹੂ ਬਹੂ ਜਿਹੜਾ ਪੰਜਾਬ ਸਰਕਾਰ ਨੂੰ ਭੇਜਣ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਉਹਨਾਂ ਡੈਲੀਗੇਸ਼ਨ ਜਾਇਆ ਸੀਗਾ ਇਹਨਾਂ ਨੇ ਇੱਥੇ ਸਾਨੂੰ ਮੰਗ ਪੱਤਰ ਦਿੱਤਾ ਹੈਗਾ ਜਿਹਦੇ ਜਿਹੜੇ ਪੈਨਸ਼ਨਰਜ਼ ਦੀ ਜਿਹੜੇ ਕੁਝ ਡਿਮਾਂਡਸ ਹੈਗੀਆਂ ਜਿਹੜੀਆਂ ਪੰਜਾਬ ਸਰਕਾਰ ਤੱਕ ਪਹੁੰਚਾਉਣੀਆਂ ਸੀ ਇਹਨਾਂ ਨੇ ਉਹ ਸਾਡੇ ਕੋਲ ਅੱਜ ਲੈ ਕੇ ਆਏ ਹੈ ਇਹਨਾਂ ਦੇ ਵਫਦ ਨੇ ਸਾਨੂੰ ਮੰਗ ਪੱਤਰ ਦਿੱਤਾ ਹੈਗਾ ਇਹਨਾਂ ਦੇ ਜਿਹੜੇ ਮੰਗ ਪੱਤਰ ਅਸੀਂ ਲੈ ਲਿਆ ਅਤੇ ਅਸੀਂ ਇਹਨੂੰ ਯੋਗ ਪ੍ਰਣਾਲੀ ਰਾਹੀਂ ਮਾਨਯੋਗ ਆਪਣੇ CM ਸਾਹਿਬ ਦੇ ਕੋਲ ਪੰਜਾਬ ਸਰਕਾਰ ਕੋਲ ਭੇਜ ਦਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਮੰਗਾਂ ਇਹਨਾਂ 'ਤੇ ਵਿਚਾਰ ਹੋ ਸਕੇ ਸਰਕਾਰੀ ਪ੍ਰਾਇਮਰੀ ਸਕੂਲ ਘਸੀਟਪੁਰਾ ਬਟਾਲਾ ਮੇਂ ਆਜ ਜਬ ਹਮਾਰੇ ਪੱਤਰਕਾਰ ਇਸ ਸਕੂਲ ਮੇਂ ਪਹੁੰਚੇ ਤੋ ਉਨ੍ਹੇ ਕਾਫੀ ਕੁਛ ਦੇਖਨੇ ਕੋ ਮਿਲਾ ਇੱਕ ਤਰਫ ਪੰਜਾਬ ਸਰਕਾਰ ਡੇਲੀ ਬਿਆਨ ਦੇ ਰਹੀ ਹੈ ਕਿ ਸਰਕਾਰ ਕੀ ਤਰਫ ਸੇ ਸ਼ਿਕਸ਼ਾ ਪੱਧਰ ਕੋ ਲੇ ਕਰ ਕਾਫੀ ਉੱਚਾ ਉਠਾਇਆ ਜਾਏਗਾ ਤੋ ਦੂਸਰੀ ਤਰਫ ਯੇ ਸਭ ਬਸ ਬਾਤੇਂ ਕੀ ਬਾਤੇਂ ਹੀ ਰਹਿ ਜਾਤੀ ਹੈ ਇਸ ਸਕੂਲ ਮੇਂ ਨਾ ਤੋ ਕੋਈ ਚਾਰ ਦੀਵਾਰੀ ਹੈ ਔਰ ਨਾ ਹੀ ਕੋਈ ਬਾਥਰੂਮ ਕੀ ਸਹੂਲਤ ਹੈ ਇਸ ਸਕੂਲ ਕੀ ਇਮਾਰਤੇ ਕਾਫੀ ਖਸਤਾ ਹੈ ਭਾਰਤੀ ਟੈਲੀਕਾਮ ਇੰਪਲਾਈਜ ਯੂਨੀਅਨ ਰਜਿਸਟਰ ਸੇ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਕੇ ਸੂਬਾ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਨੇ BSNL ਕੇ ਅਧਿਕਾਰੀਆਂ ਦੁਆਰਾ ਦਲਿਤ ਕਰਮਚਾਰੀਆਂ ਕੇ ਸਾਥ ਹੋਏ ਪਕਸ਼ਪਾਤ ਔਰ ਛੂਆਛਾਤ ਕਾ ਦੋਸ਼ ਲਗਾਤੇ ਹੋਏ ਕੇਂਦਰ ਸਰਕਾਰ ਕੋ ਚੇਤਾਵਨੀ ਦੀ ਹੈ ਕਿ ਅਗਰ BSNL ਕੀ ਤਰਫ ਸੇ ਦਲਿਤ ਕਰਮਚਾਰੀਓ ਕੇ ਸਾਥ ਬੇਇਨਸਾਫੀ ਔਰ ਧੱਕੇਸ਼ਾਹੀ ਬੰਦ ਨਹੀਂ ਕੀ ਗਈ ਤੋ ਵਹਿ ਅਨਮਿੱਥੇ ਸਮੇਂ ਕੇ ਲਈ ਭੁੱਖ ਹੜਤਾਲ ਪੇ ਬੈਠ ਜਾਏਂਗੇ ਜਿਸ ਕੀ ਜ਼ਿੰਮੇਦਾਰ ਕੇਂਦਰ ਸਰਕਾਰ ਔਰ BSNL ਹੋਗੀ ਯੇ ਭੁੱਖ ਹੜਤਾਲ ਉਨ੍ਹੋਨੇ ਆਪਣੇ ਔਰ ਦਲਿਤੋ ਕੇ ਹੱਕੋ ਕੀ ਮੰਗੋ ਕੋ ਲੇ ਕਰ ਸ਼ੁਰੂ ਕੀ ਹੈ ਰਜਿੰਦਰ ਮੈਂ 80 ਸਾਲ ਦਾ ਮੈਂਬਰ ਹਾਂ ਅੰਮ੍ਰਿਤਸਰ ਦੇ BSNL 'ਚ SI ਸਾਲ ਦਾ ਮੈਂਬਰ ਹੈ ਜੋ ਦਲਿਤਾਂ ਦੇ ਨਾਲ ਸੰਵਿਧਾਨ ਦੇ ਅਨੁਸਾਰ ਧੱਕੇ ਹੋ ਰਹੇ ਆ ਨੈਸ਼ਨਲ ਕਮਿਸ਼ਨ ਦੇ ਹੁਕਮਾਂ ਨੂੰ ਨਹੀਂ ਮੰਨਿਆ ਜਾ ਰਿਹਾ ਵਾਰ ਵਾਰ ਨੈਸ਼ਨਲ ਕਮਿਸ਼ਨ ਚੰਡੀਗੜ੍ਹ ਨੇ ਇਹ GM ਨੂੰ CGM ਨੂੰ ਚੀਫ ਜਨਰਲ ਮੈਨੇਜਰ ਨੂੰ ਵਾਰ ਵਾਰ ਬਾਈ ਨੇਮ ਸੰਮਣ ਕੀਤਾ ਅਲਟੀਮੇਟਲੀ ਉਹ ਵੀ ਕੋਈ ਇਹਨਾਂ ਨੇ ਹੁਕਮ ਨਹੀਂ ਕੋਈ ਮੰਨਿਆ ਮਾਨਯੋਗ ਨੈਸ਼ਨਲ ਕਮਿਸ਼ਨ ਨਵੀਂ ਦਿੱਲੀ ਨੇ 17/1/2002 ਨੂੰ CMD BSNL ਨਵੀਂ ਦਿੱਲੀ ਨੂੰ ਨਾਲ ਉਹਦੇ ਸਾਰੇ ਅਧਿਕਾਰੀਆਂ ਨੂੰ ਸੱਦਿਆ ਅਤੇ ਹਦਾਇਤਾਂ ਕੀਤੀਆਂ ਵੀ ਇਹਨਾਂ ਦੇ ਮਸਲੇ ਹੱਲ ਕੀਤੇ ਜਾਣ ਪਰ ਉਹਨਾਂ ਦੀ ਅੱਜ ਤੱਕ
ਕੋਈ ਸੁਣਵਾਈ ਨਹੀਂ ਹੋਈ। ਗਰੀਬ ਯੂਪੀ ਦੇ ਵਿਚਾਰੇ ਮੁਲਾਜ਼ਮ ਜਿਨ੍ਹਾਂ ਨੂੰ ਇੱਕ ਨੂੰ 10 ਸਾਲ ਬਾਅਦ ਕੱਢ ਦਿੱਤਾ ਗਿਆ, ਇੱਕ ਨੂੰ 12 ਸਾਲ ਬਾਅਦ ਧੱਕਾ ਦੇ ਕੇ ਕੱਢ ਦਿੱਤਾ ਗਿਆ, ਕਿਸੇ ਨੇ ਪੁੱਛਿਆ ਨਹੀਂ। ਸਾਡੀਆਂ ਮੰਗਾਂ ਇਹ ਆ ਵੀ ਜੋ ਨੈਸ਼ਨਲ ਕਮਿਸ਼ਨ ਦੇ ਹੁਕਮ ਪਾਸ ਕੀਤੇ ਆ, ਲਿਖਤੀ ਹੁਕਮ ਪਾਸ ਕੀਤੇ ਆ, ਚੰਦੂ ਲਾਲ ਦੇ ਕੇਸ 'ਚ, ਜਗਨਨਾਥ ਦੇ ਕੇਸ 'ਚ, ਸਾਰਿਆਂ ਦੇ ਕੇਸਾਂ ਵਿੱਚ ਉਹ ਲਾਗੂ ਹੋਣੇ ਚਾਹੀਦੇ ਆ। ਜਿਹੜੀ ਚੰਦੂ ਲਾਲ ਦੀ ਪ੍ਰਮੋਸ਼ਨ ਜਿਹੜੀ ਸੀਗੀ ਉਹਨਾਂ ਨੇ 1997 ਤੋਂ ਕਰਨੀ ਸੀ, ਉਹ ਨਹੀਂ ਕੀਤੀ। ਜਗਨਨਾਥ ਨੂੰ 12 ਸਾਲ ਬਾਅਦ ਕੱਢ ਦਿੱਤਾ ਗਿਆ, ਉਹਨੂੰ ਨਹੀਂ ਰੱਖਿਆ ਗਿਆ। ਓਂਕਾਰ ਨਾਥ ਮਾਲੀ ਨੂੰ 10 ਸਾਲ ਬਾਅਦ ਕੱਢ ਦਿੱਤਾ ਗਿਆ, ਉਹਨੂੰ ਨਹੀਂ ਰੱਖਿਆ ਗਿਆ। ਮੈਨੂੰ ਉਲਟਾ ਧੱਕਾ ਦਿੱਤਾ ਗਿਆ, ਮਤਲਬ ਅੱਜ ਤੱਕ ਮੇਰੀ ਪ੍ਰਮੋਸ਼ਨ ਮੇਰੀ ਵੀ ਨਹੀਂ ਕੀਤੀ। ਜਿਹੜਾ ਅਸੀਂ ਨੈਸ਼ਨਲ ਕਮਿਸ਼ਨ ਦੇ ਹੁਕਮਾਂ ਦੀ ਅਪੀਲ ਵਾਰ ਵਾਰ ਕੀਤੀ ਹੈ, ਵਾਰ ਵਾਰ ਕੀਤੀ ਹੈ ਵੀ ਨੈਸ਼ਨਲ ਕਮਿਸ਼ਨ ਦੇ ਹੁਕਮ ਲਾਗੂ ਕੀਤੇ ਜਾਣ। ਈਵਨ ਹੁਣ 18-2 ਨੂੰ ਅਸੀਂ ਮਾਨਯੋਗ ਮੋਦੀ ਸਾਹਿਬ ਨੂੰ ਦਿੱਤੀ ਆ, ਉਹਨਾਂ ਨੇ ਆਪਣੀ ID ਦੇ ਨਾਲ ਇਹਨਾਂ ਨੂੰ ਫਾਰਵਰਡ ਕੀਤੀ ਹੈ ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਨੂੰ। ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਨੇ CMD ਚੀਫ ਜਨਰਲ ਮੈਨੇਜਰ ਡਾਇਰੈਕਟਰ ਨੂੰ ਨਵੀਂ ਦਿੱਲੀ ਨੂੰ ਫਾਰਵਰਡ ਕੀਤੇ, ਮੇਰੇ ਕੋਲ ਉਹਦੇ ID ਪਰੂਫ ਨੇ ਹੈਗੇ ਹੈਗੇ, ਪਰ ਅਜੇ ਤੱਕ ਕਿਸੇ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ। ਵੀ ਹੁਣ ਮੰਗ ਇਹ ਵੀ ਜਾਂ ਤਾਂ ਮਰ ਜਾਣਾ ਇਹਨਾਂ ਨਾਲੋਂ ਚੰਗਾ ਹੈ, ਇਹੋ ਜਿਹੇ ਜੀਣ ਨਾਲੋਂ ਮਰ ਜਾਣਾ ਚੰਗਾ, ਜਿੰਨਾ ਇਨਸਲਟਡ ਬਿਹੇਵੀਅਰ ਹੈ, ਜਾਂ ਉਹ ਜਿੰਨਾ ਗਰੀਬਾਂ ਦੇ ਘਰ 'ਚ ਰੋਟੀ ਨਹੀਂ ਪੱਕਦੀ, ਇਹਲੇ ਮਰਨ ਉੱਤੇ ਵਿਚਾਰੇ ਬੈਠੇ ਨੇ, ਉਹਨਾਂ ਲਈ ਮਰਨ ਵਾਲਾ ਇਹਨਾਂ ਨੂੰ ਬੈਟਰ ਚੀਜ਼ ਹੈ। ਜਾਂ ਸੰਵਿਧਾਨ ਦੇ ਅਨੁਸਾਰ ਇਹ ਕਮਿਸ਼ਨ ਦੀ ਸਰਵਿਸ ਤੋਂ ਬਾਹਰ ਰੱਖੀ ਜਾਵੇ, ਜਾਂ ਇਹਨਾਂ ਦੋਸ਼ੀ ਅਫਸਰਾਂ ਨੂੰ ਜੇਲ੍ਹ ਭੇਜਿਆ ਜਾਵੇ ਜਿਨ੍ਹਾਂ ਨੇ ਅਨਟੱਚਬਿਲਟੀ ਐਕਟ ਜਾਂ ਅਤਿਆਚਾਰ ਕਰ ਰਹੇ ਆ ਅੱਜ ਵੀ। जहां एक तरफ देश में हाई स्पीड ट्रेन्स और एट लाइन सड़कों की सुविधा की बात की जा रही है, घर घर बिजली पहुंचाने के बड़े बड़े दावे देश की सरकार की ओर से किए जा रहे हैं, वहीं पंजाब में अभी भी एक गांव मौजूद है जो कि सड़क, बिजली और पानी जैसी मूलभूत सुविधा से वंचित है। ये गाँव पठानकोट के सीमावर्ती इलाके भोआ का गाँव छोटा तलूर, जो कि जम्मू कश्मीर की सीमा के साथ लगता है, जहाँ पर पंजाब की हद खत्म होती है। इस गाँव के लोग वोट तो पंजाब में डालते हैं, लेकिन सहूलतें जम्मू कश्मीर सरकार की लेते हैं। ये देश की आज़ादी के बाद भी उसी पगडंडी का इस्तेमाल कर रहे हैं जो ये लोग गुलामी के वक्त किया करते थे। इनकी सरकार से अपील है कि वो इसकी ओर ध्यान दे, ताकि ये लोग भी सरकार द्वारा मिल रही सहूलतों का फायदा उठा सके। मैं ये जानना कि सानू सारी सुविधाएं जड़ियां होनी चाहिए ना, जो पंजाब सरकार जो वादे कर दी है झूठे, वो पूरे होने चाहिए ना साढ़े। और सानू ना ही बिजली है, ना ही पानी है, तो ना ही कोई इत्थे कोई रस्ता है। साड़ी मंग यह हुई है कि जिन्नी भी अं सहूलत जीडिया ने वो इतों लिने अपने J&K चो, सानू पंजाब चो कोई सहूलत नहीं हैगी, ना ही रस्ता है, ना ही पानी है, और ना ही कोई बिजली है। अं सरकार अगे यो मंग कर रहे हैं कि सानू ये सहूलत जीडिया दी जान, तो कोई भी साडा कोई मरीज या बच्चे स्कूल जाते हैं तो बहुत प्रॉब्लम पैंती है रस्ते, तो 60-65 साल हो गया साढ़े देश में याद होए, तो सानू कोई भी अज तक सहूलत नहीं मिली। जिस पिंड असी खड़े हाँ, इस पिंड कोई भी इन्हों पंजाब तो कोई भी सहूलत नहीं मिलती, ना तो इतने बिजली है, ना पीने पानी है, ना कोई इस पिंड आना रस्ता है, जरा कि बच्चे 2 नाले टप के ते स्कूल जाते हैं, और बरसात के उन्हां दी कई बार तो स्कूल पहुँचते ही नहीं है। और सब तो बड़ी गल कि पंजाब सरकार ये दावे करती है कि पंजाब दे विच भावें एक भी घर होएगा असीं उत्थे बिजली पानी की सहूलत देंगे, पर इत्थे तकरीबन 100 आबादी है और ये पूरी बस्ती हरिजन की है। अज तक पंजाब दे किसे भी सरकार दे कोई ऑफिसर ने जां किसी MLA ने किसी मंत्री ने इस पिंड नू तक्या तक नहीं, जेड़े कि जल्द वोटा आंदियां ने वोटा लै जांदे ने वादे कर देंदे ने उहदे बाद भुल जांदे ने। आने वाले टाइम च अगर जल्दी इन्हां दियां मंगां पूरियां नहीं कीतियां तो असी इत्थे अपने फतेहपुर दे विच रोड ब्लॉक करके धरना देंगे, और सरकार के खिलाफ असी ये आवाज़ बुलंद करांगे। जिहड़ा छोटा तलूर पिंड है वह उहदी जिहड़ी समस्या जो भी पिंड दियाँ गलियां नालियां चाहे सड़कां हैगियां चाहे कोई पानी की प्रॉब्लम है बिजली की, वह सारा कुछ मेरे ध्यान में हैगा, और मैं पूरी कोशिश कर रही हूँ कि उन्होंने पहल के आधार पर उस पिंड नूं जिहड़ा है डिवेलप किया जाए। तो मैं आप भी काफ़ी बार उत्थे 2-3 बार दौरा कर चुकी हूँ उस पिंड का,
और जो भी समस्या उन्होंने पहल के आधार पर उन्होंने ठीक की जाएगी करवावे। बॉर्डर एरिया कोई पैसे भी उन्होंने इशू किए गए? हाँ जी, बॉर्डर एरिए फंड साढ़े को कुछ बॉर्डर एरिए फंड इस तरह है कि साढ़े को थोड़े थोड़े टाइम वास्त आते रहते हैं तो वो असी देखते हैं पिंड एडजस्ट करते हैं क्योंकि वो बॉर्डर एरिया से एक एवं पछड़े हुए एरिया से तो काफ़ी पिंड की समस्या से तो कुछ पिंड जोड़े है वो असी पिंड चुनते हैं कि कड़े कि पिंड काम जो पहल के आधार पर करवाई है असं तो कुछ पिंड चुने से असी और उन्होंने पिंड जोड़ा असी करवाया तो बाकी जोड़े पिंड साढ़े को रह गए हैं जो भी बॉर्डर एरिया फंड होर भी आता है तो असी तलूर पहल के आधार पर छोटे तलूर में पावे और उत्थे जो काम जोड़ी भी समस्या है उन्होंने हल करवाई जाएगी। एक लाइट की उत्थे सारे ना वध प्रॉब्लम है, लाइट है नहीं हो, वो जे एंड के और पानी की भी उत्थे काफ़ी प्रॉब्लम है, उसके बारे की किया जाएगा? देखो जी लाइट लाइट की समस्या है, लाइट तो बॉर्डर एरिए भी साढ़े को पावर पावरकॉम की स्पैशल फंड होंगे ने जे भी जी भी कोई उन्होंने प्रॉब्लम है वो मैं आप जाके देख ली पिंड जो भी समस्या हैगी उन्होंने मैं पहले कहा कि उन्होंने असी हल करवाने अगर चाहे लाइट है चाहे पानी है कोई भी है। आज भारतीय किसान यूनियन नेता उग्रा जिला कमेटी अमृतसर की तरफ से सूबा कमेटी के कहने पर दूसरे दिन डीसी दफ्तर के आगे धरना किया गया जिसमें बड़ी गिनती में किसान और औरतें शामिल हुई। इस मौके पर धरने की अध्यक्षता कर रहे जिला प्रधान हीरा सिंह चक सिकंदर ने मांग की कि ये धरना भूमि गृह बिल को रद्द कराने संबंधी दिया जा रहा है। इस मौके पर डॉक्टर कुलदीप सिंह, मत्ते नंगल आदि उपस्थित थे। गुरिंदरवीर सिंह थोबा, प्रेस सकत्तर भारतीय किसान यूनियन एकता ग्राह ब्लाक इनाला, अज पंजाब पद्धर से धरने दिए जा रहे चार दिन वास्ते। अज दूजे दिन अमृतसर डीसी दफ्तर अगे किसानों दी मुख मंगा जिहड़ियां उन्हां दे संबंध में धरना दिता जा रहा वा। मुख मंग जिहड़ी आ भूमि ग्रहण बिल और जिहड़ा एक्ट है वह रद्द किया जाए। कोई भी किसी जमीन किसान की जिहड़ी ग्रहण करनी आ उहदी आग्या तो बगैर जबरी जमीन अकवैर ना की जाए। जे जमीन अकवैर करनी आ तो किसान की 100% जिहड़ी सहमति होनी चाहिए है। इस तों अलावा जिहड़ा काला कानून पंजाब सरकार लागू कर जा रही है संघर्षां नूं कुचलन वास्ते वह रद्द करना चाहिए वा। इस तों अलावा जो गड़ेमारी नाल नुकसान होया वा किसानां दा उहदी पूर्ति होनी चाहिए आ। तो यूरिया का जो कंट्रोल चुकया जा रहा सरकार वालों वो कंट्रोल मुक्त नहीं होनी चाहिए यूरिया। तो सब जो किसान तो मजदूर जो खुदकुशियां कर गए आदा 5 लाख रुपया जो मुआवजा सरकार ने तुरंत देना चाहिए। तो एक जी ने जी परिवार के जी ने नौकरी सरकारी जी तुरंत देनी चाहिए है। ये मुख मंगा ने जोड़ी कर जिस करके डीसी दफ्तर अमृतसर अगे धरना दिता जा रहा वा। ये अज दूजे दिन धरना चल रहा वा। एक जी मेन मंग जो एफ सी आई जो कंट्रोल मुक्त कर रहा है भी एफ सी आई की खरीद जी बंद कर जा रहे हैं। ये जो वा किसान जो मारू फैसला वा सरकार का ये तो सरकार ने पिछड़ना चाहिए रद्द करना चाहिए वा। गुरदासपुर में जितने भी पुल हैं अंग्रेजों के टाइम के बनाए हुए हैं। नहरी विभाग के अनुसार इन पुलों की मियाद काफी समय से खत्म हो चुकी है। इनमें से कुछ गिर भी चुके हैं। जब पुल गिरता है तभी सरकार जागती है। पिछले दिनों दुकान यूबी डीसी पुल तिबड़ी गिर गया था, उसके बाद ही सिठियाली वाला पुल भी गिर गया था और अब धारीवल वाले पुल के गिरने की आशंका बताई जा रही है। इस पुल से काफी भारी वजन वाले वाहन गुजरते हैं। नहरी विभाग के 7 कर्मचारी होने के बाद भी नहर की और पुल की कोई देखरेख नहीं हो रही है। 7 कर्मचारी होने के बाद भी बस एक ही कर्मचारी दिखाई देता है जबकि पुल की हालत काफी खस्ता हो गई है। इसकी दीवारें काफी खराब हो गई हैं और इन सब के बावजूद प्रशासन की ओर से कोई कार्रवाई नहीं की जा रही है। जय साहब, हाँ जी शर्मा बोलना भाई पत्रकार। बस कृपा जी, मैं भाई तुहाडे इत्थे धारीवाल नहर ते आया सी। इहदी ने एक आपां खबर भाई कर रहे सी अपना नहर दा जिहड़ा तुहाडा पुल बना इहदी किन्नी क मियाद आ भाई? इहदी कहिंदे मियाद खत्म हो गई है ना, इह पुल दी जिहड़ी मियाद खत्म हो चुकी है ना जी? पंजाह साल तो वध हो गया जी। अच्छा अच्छा, तो ये भाजी तुम लिख के दिता डिपार्टमेंट नूं? डिपार्टमेंट नूं लिख के दिता तुसीं इहदे बारे?
ਸ਼ਟਰ ਵਗੈਰਾ ਜਿਹੜੇ ਲੱਗੇ ਇਹਨਾਂ ਨੂੰ ਭਾਜੀ ਤੇਲ ਵਗੈਰਾ ਕੁਛ ਨਹੀਂ ਦਿੰਦੇ ਇਹਨਾਂ ਨੂੰ? ਹਾਂਜੀ ਹਾਂਜੀ ਗੇਟਾਂ ਦਾ ਭਾਜੀ ਇਹ ਸਾਰੇ ਇੱਦਾਂ ਹੀ ਸੁੱਕੇ ਪਏ ਦੇ ਆ। ਅੱਛਾ ਪ੍ਰੋਜੈਕਟ ਬਣਾਇਆ ਤਾ ਜੀ? ਕਰਮਚਾਰੀ ਕੋਈ ਨਹੀਂ ਹੈਗਾ ਤੁਹਾਡੇ ਆਫਿਸ ਚ? ਆਇਆ ਮੈਂ ਇੱਕ ਦੋ ਆਦਮੀ ਮਿਲੇ, ਉਹ ਕਹਿੰਦੇ ਸੀ ਡਿਪਾਰਟਮੈਂਟ ਦੇ ਨੀ ਹੈਗੇ ਤੁਹਾਡੇ ਇੱਥੇ। ਨਹਿਰ ਡਿਪਾਰਟਮੈਂਟ ਦਾ ਕੋਈ ਵੀ ਸਾਨੂੰ ਕਰਮਚਾਰੀ ਨੀ ਮਿਲਿਆ ਭਾਜੀ। ਹਾਂਜੀ 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 ਅੱਛਾ ਅੱਛਾ ਜੀ ਪਰ ਫਿਰ ਵੀ ਜੀ ਸਾਹਿਬ ਕੋਈ ਇੱਕ ਮੁਲਾਜ਼ਮ ਤਾਂ ਹੋਣਾ ਚਾਹੀਦਾ ਨਾ ਆਫਿਸ ਵਿੱਚ ਜਿਹਦੇ ਨਾਲ ਗੱਲਬਾਤ ਕਰਨ ਬਾਅਦ ਨਹੀਂ ਕਰ ਸਕਦਾ। ਨਾਮ ਪੁੱਛੋ ਕਿਹੜੇ ਕਿਹੜੇ ਕਰਮਚਾਰੀ? ਠੀਕ ਠੀਕ ਭਾਜੀ। ਭਾਜੀ ਇੱਥੇ ਕਿੰਨੇ ਕਰਮਚਾਰੀ ਆਪਣੇ ਕੋਲ? ਕਿੰਨੇ ਇੱਥੇ ਆਪਣੇ ਕੋਲ ਕਰਮਚਾਰੀ ਆ? ਅੱਛਾ ਅੱਛਾ ਠੀਕ ਹੈ ਜੀ। ਨਾਮ ਪੁੱਛੋ। ਚਲੋ ਠੀਕ ਹੈ ਜੀ ਸਰ, ਠੀਕ ਹੈ, ਓਕੇ ਜੀ। ਭਾਈ ਕੀ ਨਾਂ ਤੁਹਾਡਾ? ਰਮੇਸ਼ ਕੁਮਾਰ। ਇਹ ਜਗ੍ਹਾ ਕਿਹੜੀ ਹੈ ਜੀ? ਇਹ ਪੋਲਿਆ ਲੋਹੇ ਦਾ ਪੁਲ ਬਣੇਦਾ ਇੱਥੇ। ਕਿਹੜੀ ਜਗ੍ਹਾ? ਕਿਹੜੀ? ਧਾਰੀਵਾਲ। ਧਾਰੀਵਾਲ ਜੀ। ਇਹ ਪੁਲ ਬਾਰੇ ਦੱਸੋਗੇ ਭਾਜੀ? ਹਾਂਜੀ ਇਹ ਪੁਲ ਜੀ ਬੜੇ ਪੁਰਾਣੇ ਬਣੇ ਦੇ ਆ ਅਤੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਦੇ ਆ। ਇਹਨਾਂ ਦੀ ਹਾਲਤ ਬਹੁਤ ਖਸਤਾ ਵਾ ਅਤੇ ਅੱਜ ਤੱਕ ਸਰਕਾਰ ਨੇ ਧਿਆਨ ਨਹੀਂ ਦਿੱਤਾ ਇਹਦੇ ਨਾਲ। ਕੋਈ ਧਿਆਨ ਨਹੀਂ ਦੇ ਰਹੇ? ਕੋਈ ਧਿਆਨ ਨਹੀਂ ਦੇ ਰਹੇ। ਇਹ ਹੈਵੀ ਟ੍ਰੈਫਿਕ ਲੰਘਦੀ ਹੈ ਇੱਥੇ ਅਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਮਤਲਬ ਕਿਸੇ ਵੇਲੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਭਾਜੀ? ਜੇ ਪੁਲ ਇਸੇ ਤਰ੍ਹਾਂ ਰਹੇ ਤਾਂ ਫਿਰ ਹਾਦਸਾ ਤਾਂ ਵਾਪਰਨਾ ਹੀ ਆ। ਜਸਮੀਤ ਸਿੰਘ ਜੀ। ਤੁਹਾਡੀ ਡਿਊਟੀ ਇੱਥੇ ਨਹਿਰ 'ਤੇ ਆ? ਹਾਂਜੀ। ਅੱਛਾ ਇੱਕ ਭਾਅ ਜੀ, ਜਿਹੜੇ ਤੁਹਾਡੇ ਗੇਟ ਨੇ ਸ਼ਟਰ ਵਗੈਰਾ, ਇਹਨਾਂ ਨੂੰ ਤੇਲ ਵਗੈਰਾ ਕੁਛ ਨਹੀਂ ਦਿੰਦੇ? ਇਹਨਾਂ ਨੂੰ ਨਹੀਂ ਦਿੰਦੇ ਜੀ। ਸੁੱਕੇ ਪਏ ਭਾਜੀ? ਜਲਦੇ ਹੀ ਦੇਖ ਰਹੇ ਹਾਂ। ਹਾਂਜੀ ਜਦ ਵੀ ਦੇਖ ਰਹੇ ਸੁੱਕੇ ਪਏ ਆ? ਨਹੀਂ ਨਹੀਂ ਦਿੰਦੇ, ਤੇਲ ਦਿੱਤਾ ਅੱਗੇ ਪਿੱਛੇ ਹੁਣ ਵੀ ਦਿੱਤਾ ਥੋੜ੍ਹਾ ਚਿਰ ਹੋਇਆ ਜੀ। ਅੱਛਾ ਅਤੇ ਜਿਹੜਾ ਤੁਹਾਡਾ ਪੁੱਲ ਵਾ, ਇਹਨੂੰ ਇਹਦੀ ਮਿਆਦ ਕਿੰਨੀ ਹੈ ਜੀ? ਇਹਦੇ ਬਾਰੇ ਸਾਨੂੰ ਨਹੀਂ ਪਤਾ, ਮੈਂ ਥੋੜ੍ਹਾ ਚਿਰ ਹੋਇਆ ਇੱਥੇ ਆਏ ਨੂੰ। ਡਿਊਟੀ ਮੇਰੀ ਥੋੜ੍ਹਾ ਚਿਰ ਹੋਇਆ ਇੱਥੇ ਆਏ ਨੂੰ। ਅਤੇ ਤੁਹਾਡੇ ਇੱਥੇ ਡਿਪਾਰਟਮੈਂਟ ਜਿੱਥੇ ਤੁਹਾਡੀ ਡਿਊਟੀ ਕਿੰਨੇ ਬੰਦਿਆਂ ਦੀ ਹੈ? ਇੱਥੇ ਸਾਡੇ ਹੈ 6-7 ਬੰਦਿਆਂ ਦੀ। ਇਸ ਟਾਈਮ ਤੁਸੀਂ ਇਕੱਲੇ ਮਿਲਦੇ ਪਏ ਇੱਥੇ? ਨਹੀਂ ਦੋ ਬੰਦੇ, ਅਸੀਂ ਦੋ ਹੀ ਹਾਂ। ਇਹ ਬਾਕੀ ਬੰਦੇ ਕਿੱਥੇ? ਇਹ ਸਾਡੀ ਸ਼ਿਫਟਾਂ ਹੁੰਦੀ ਹੈ, ਦੋ ਬੰਦੇ ਅਸੀਂ ਇੱਥੇ, ਇੱਕ ਛੁੱਟੀ 'ਤੇ। ਅੱਛਾ ਜੀ। ਇੱਕ ਰਾਹਟ 'ਤੇ ਦੋ ਬੰਦੇ ਅਸੀਂ ਇੱਥੇ। ਅਤੇ ਨਹਿਰ ਦੇ ਵਿੱਚ ਜਿਹੜਾ ਇੰਨੀ ਗੰਦਗੀ ਹੈ ਸਾਈਡਾਂ 'ਤੇ, ਜਦ ਦੇਖ ਰੇਖ ਇਹਦੀ ਕੋਈ ਨਹੀਂ ਕਰਦਾ ਇੱਥੇ? ਜਿਹੜੇ ਕਰਦੇ ਆ ਜੀ, ਖਲਾਅ ਖਲੂ ਦਿੰਦੇ, ਖਾਲਦੇ ਬੰਦੇ ਆਪਣੇ ਵੀ ਕਰਦੇ, ਦੂਜੇ ਵੀ ਕਰਾ ਦਿੰਦੇ ਆਪਣੇ ਬੰਦੇ। ਮਾਨਵ ਅਧਿਕਾਰ ਵੈਲਫੇਅਰ ਸੋਸਾਇਟੀ ਰਜਿਸਟਰ ਕੀ ਆਜ ਪਹਿਲੀ ਮੀਟਿੰਗ ਸਥਾਨੀਏ ਹੋਟਲ ਮੇਂ ਕੀ ਗਈ, ਜਿਸ ਕੀ ਪ੍ਰਧਾਨਗੀ ਕਮਲ ਪਹਿਲਵਾਨ ਨੇ ਕੀ। ਇਸ ਮੌਕੇ ਪਰ ਮਾਨਵ ਅਧਿਕਾਰ ਵੈਲਫੇਅਰ ਸੋਸਾਇਟੀ ਕੇ ਮੈਂਬਰਸ ਕੀ ਚੋਣ ਕੀ ਗਈ ਔਰ ਉਨ੍ਹੇ ਨਿਯੁਕਤੀ ਪੱਤਰ ਵੀ ਸੌਂਪੇ ਗਏ। ਇਸ ਅਵਸਰ ਪਰ ਚੇਅਰਮੈਨ ਵਿਕਰਮ ਸ਼ਰਮਾ, ਡਾਕਟਰ ਸੁਭਾਸ਼ ਪੱਪੂ, ਵੱਲਾ ਸਬਜ਼ੀ ਮੰਡੀ ਵੈਲਫੇਅਰ ਐਸੋਸੀਏਸ਼ਨ ਕੇ ਪ੍ਰਧਾਨ ਰਵਿੰਦਰ ਸਿੰਘ ਸੇਖੋਂ ਔਰ ਬਾਕੀ ਅਨੇ ਉਪਸਥਿਤ ਥੇ। ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਦਾ ਆਗਾਜ਼ ਕੀਤਾ ਗਿਆ ਅੱਜ, ਜਿਹਦੇ ਵਿੱਚ ਸਾਡੇ ਮੁੱਖ ਮਕਸਦ ਸੀ ਅੱਜ ਕਿ ਅਸੀਂ ਆਪਣੇ ਪਹਿਲਾਂ ਅਹੁਦੇਦਾਰ ਨਿਯੁਕਤ ਕਰੀਏ, ਜਿਨ੍ਹਾਂ ਵਿੱਚ ਅਸੀਂ ਅੱਜ ਰਾਸ਼ਟਰੀ ਚੇਅਰਮੈਨ ਵਿਕਰਮ ਸ਼ਰਮਾ ਜੀ ਔਰ ਸਾਡੇ ਮੁੱਖ ਬੁਲਾਰੇ ਜਿਹੜੇ ਪੰਜਾਬ ਦੇ ਇਕਬਾਲ ਸਿੰਘ ਤੁੰਗ ਜੀ ਔਰ ਸਾਡੇ ਵਰਦਾਨ ਭਗਤ ਜੀ, ਫਿਰ ਆਪਣਾ ਯੂਸਫ ਮਲਿਕ ਜੀ ਨੂੰ ਜ਼ਿਲ੍ਹਾ ਪ੍ਰਧਾਨ, ਵਰਨ ਅਰੋੜਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ, ਰਫੀਕ ਜੀ ਨੂੰ ਕ੍ਰਿਸ਼ਨ ਸਮਾਜ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ, ਸਾਡੇ ਸੁਰਿੰਦਰ ਬਿੰਦਰਾ ਜੀ ਪੰਜਾਬ ਪ੍ਰਧਾਨ ਆਰਟੀਆਈ ਸੈੱਲ ਔਰ ਸਾਡੇ ਆਪਣਾ ਰਵਿੰਦਰ ਸਿੰਘ ਸੇਖੋ ਜੀ, ਇਹਨਾਂ ਨੂੰ ਵੀ ਆਰਟੀਆਈ ਸੈੱਲ ਪੰਜਾਬ ਦਾ ਚੇਅਰਮੈਨ ਲਗਾਇਆ ਗਿਆ। ਮੈਂ ਸੁਸਾਇਟੀ ਵੱਲੋਂ ਇਹਨਾਂ ਸਾਰਿਆਂ ਦਾ
जिन्ना सानू सहयोग दे रहे ने इन्होंने सानू भरोसा दिता कि असी लोगों के वास्ते समाज को चंगे तरीके नाल सृजन लई असी साथ देवांगे। और इन्होंने कहा कि किसी भी बुराई ते किसी भी डिपार्टमेंट च कोई किसी नू गरीब नू किसी नू कोई सहायता नहीं मिलती, असी उहदे नाल डट के खड़ांगे। और साडा एक मकसद है पंजाब विच ड्रग्स और भ्रूण हत्या और कई तरह की जड़ियाँ कृतियां ने उन्हों सुधारना, ये सारे साथियों ने मैंने सहयोग दिता, कहिंदे कि असी इस वास्ते तुहाडे नाल आ, ते मैं सारिआं दा धन्नवादी हाँ। जय हिंद। बुलारे यही है। मेरा नाम इकबाल सिंह तोंग है जी, और मैं मानव अधिकार वैलफेयर सोसायटी का वलों मैनू मुख बुलारे के तौर पर नियुक्त किया गया। सब तो पहला मैं सारिआं दा धन्नवाद करदा, और इस सोसायटी का जो मुख मंतव है वो सारे देश विच जो गैर कानूनी कृतियां समाजिक कृतियां के खिलाफ आवाज़ बुलंद करने वास्ते असी ये अपना प्लेटफार्म बनाया। और इस प्लेटफार्म तो अज जो साड़ी देश की नौजवानी जिन्हों रीढ़ की हड्डी कहा जाता है वो ड्रग की लपेट में आ चुकी है, और इन्हां लोगों नू जो ड्रग का धंधा करते हैं साड़ी सोसायटी वालों इन्हां लोगों नू समाज विच नशर करन वास्ते विशेष उपराले किए जाएंगे। चाहे वह किड्डा भी वड्डा कोई पोलीटिकल मंत्री होवे, चाहे वह किड्डा भी वड्डा देश दा पंजाब दा कोई पुलिस अधिकारी होवे, चाहे वह किड्डा भी वड्डा किसी सरकारी अहुदे ते बैठा होया, चाहे वह हाई कोर्ट सैशन कोर्ट दे नाल संबंध रखता होवे, असीं उन्हां लोगों नू नशर करांगे जिहड़े पंजाब दी धरती दे उत्ते इस वेले ड्रग दा धंधा करके लोगों के मावां दे पुत्तां नू मौत दी घाट उतार रहे हैं और साडी जवानी नू खोरा ला रहे हैं। सो साडा ये मुख मंतव है मानव अधिकार वैलफेयर सोसायटी दा, अते होर जिहड़ियां समाज दे प्रति कुरीतियां ने जिवें दहेज प्रथा, भ्रूण हत्या जां होर जिन्नियां भी कुरीतियां ने असीं उन्हां दे खिलाफ डट के मोढे नाल मोढा जोड़ के समाज दे कोलों सपोर्ट लै के असीं उन्हां दा विरोध करांगे। सारिआं दा धन्नवाद जी। प्रधानमंत्री नरेंद्र मोदी ने दिल्ली की वाल्मीकि बस्ती में अपने हाथों से झाड़ू लगाकर स्वच्छ भारत अभियान की शुरुआत की, और साथ ही उन्हें देश भर में साफ सफाई का संदेश भी दिया। जम्मू कश्मीर में मसरत की रिहाई का मामला दिनों ब दिन गर्माता ही जा रहा है। शिवसेना ने अपने मुखपत्र सामना में सीएम मुफ्ती मोहम्मद सईद पर जमकर हमला बोला है। शिवसेना ने बेहद तलख शब्दों में कहा है कि आतंकियों की मदद करने के मामले में सईद को गिरफ्तार किया जाना चाहिए। मध्य प्रदेश के बैतूल जिले में एक दिल दहला देने वाली घटना सामने आई है, जहां पर इंजीनियर ने अपनी पत्नी और दो बेटियों को कार में जिंदा जला दिया। इंजीनियर ने अपने परिवार को HIV पॉजिटिव पाए जाने के कारण आग के हवाले कर दिया। वर्ल्ड कप में टीम इंडिया ने जीत का पंजा मार दिया है। आयरलैंड के खिलाफ कल टीम इंडिया ने 8 विकेट से शानदार जीत हासिल करी। शिखर धवन 100 रन जड़कर मैच के हीरो रहे, जबकि विराट कोहली ने जीत का चौका जड़कर भारत को ये जीत दिलाई। शाहरुख खान इन दिनों शूटिंग में व्यस्त हैं, और इसके ठीक बाद एक्सकल एंटरटेनमेंट की फिल्म रईस करने वाले थे, लेकिन अब रईस की शूटिंग डेट्स में फिर बदलाव आ गया है। शाहरुख खान पहले रोहित शेट्टी की फिल्म दिलवाले पूरी करेंगे और उसके बाद रईस की शूटिंग शुरू करेंगे। एक बार फिर नजर डालते हैं आज के मुख्य समाचारों पर। लुटेरों की ओर से बड़े शातिर तरीके से ATM की लूट को दिया गया अंजाम। तरनतारन में एक नौजवान व्यक्ति की गोली लगने से हुई मौत और एक गंभीर रूप से घायल। जम्मू कश्मीर की सीमा के साथ लगता पंजाब का एक गांव मूलभूत सुविधाओं से वंचित। इसी के साथ आज के समाचार समाप्त होते हैं। कल मिलेंगे कुछ ताज़ा तरीन खबरों के साथ, तब तक के लिए दीजिए इजाज़त।